ਸੋਸ ਚ ਵਾਈਟ ਸੋਸ ਬਣਾਈ ਸੀ, ਉਹਦੇ ਵਿੱਚ ਜਿਹੜੀ ਅਸੀਂ ਗ੍ਰੇਵੀ ਵਿੱਚ ਪਾਸਤਾ ਪਾਇਆ ਸੀ ਉਹ ਅਸੀਂ ਉਹਦੇ ਵਿੱਚ ਮਿਕਸ ਕਰ ਰਹੇ ਹਾਂ। ਔਰ ਦੇਖੋ ਅੱਜ ਅਸੀਂ ਪਾਸਤਾ ਬਣਾ ਰਹੇ ਹਾਂ ਔਰ ਕਿੰਨਾ ਅੱਛਾ ਕਲਰਿੰਗ ਲੱਗ ਰਿਹਾ ਹੋਏਗਾ ਤੁਹਾਨੂੰ। ਨਾਲੇ ਤੇ ਇੱਕ ਸਾਨੂੰ ਬਾਜ਼ਾਰ ਦਾ ਪਤਾ ਨਹੀਂ ਹੁੰਦਾ ਕੀ ਪਾਇਆ, ਅਸੀਂ ਇਹ ਘਰ ਖੁਦ ਬਣਾਇਆ ਤੇ ਬੱਚਿਆਂ ਨੂੰ ਬੜਾ ਅੱਛਾ ਲੱਗੇਗਾ। ਤਾਂ ਤੁਸੀਂ ਵੀ ਇਸੇ ਤਰ੍ਹਾਂ ਬਣਾਉਣਾ, ਹੁਣ ਦੇਖੋ ਕਿਵੇਂ ਬਣਾਉਂਦੇ ਹਾਂ। ਅੱਗੇ ਬਣਾ ਰਹੇ ਹਾਂ, ਅਸੀਂ ਪੂਰਾ ਇੱਕ ਪੈਕਟ ਪਾਣੀ 'ਚ ਪਾਇਆ, ਇਹਨੂੰ ਹੁਣ ਅਸੀਂ ਬੋਇਲ ਰੱਖਤਾ ਹੋਇਆ ਅਤੇ ਬੋਇਲ ਹੋ ਰਿਹਾ। ਉੱਧਰ ਅਸੀਂ ਜੋ ਇਹਨੂੰ ਵੈਸੇ ਸਮਾਨ ਚਾਹੀਦਾ ਕੱਟ ਲਿਆ, ਛੋਟੀਆਂ ਦੋ ਸ਼ਿਮਲਾ ਮਿਰਚ, ਪਿਆਜ਼ ਹੈ ਇੱਕ ਵੱਡਾ, ਅਤੇ ਲਸਣ ਅਦਰਕ ਦਾ ਰੈਡੀਮੇਡ ਪੇਸਟ ਹੁੰਦਾ, ਅਮੁੱਲ ਬਟਰ ਹੈ, ਅਤੇ ਨਾਲ ਅਸੀਂ ਮੈਦੇ ਦਾ ਵੀ ਯੂਜ਼ ਕਰਾਂਗੇ। ਅਤੇ ਜੇ ਤੁਸੀਂ ਇਹ 'ਚ ਹੁੰਦੇ ਨੇ ਸਵੀਟ ਕੋਰਨਸ ਵੀ ਪਾ ਸਕਦੇ ਹਾਂ, ਪਰ ਸਾਡੇ ਕੋਲ ਹੁਣ ਅਵੇਲੇਬਲ ਨਹੀਂ, ਇਸ ਕਰਕੇ ਅਸੀਂ ਇਹ 'ਚ ਪਾਏ ਨਹੀਂ ਹੈ। ਪਾਸਤੇ ਵਾਸਤੇ ਨਾ ਵਾਈਟ ਸੋਸ ਰੈਡੀ ਕਰ ਰਹੇ ਹਾਂ, ਅਤੇ ਅਸੀਂ ਇੱਕ ਉਹਦੇ ਵਿੱਚ ਬੇਸਨ 'ਚ ਅਮੁੱਲ ਬਟਰ ਹੁੰਦਾ ਜਿਹੜਾ ਉਹ ਰੱਖਤਾ ਹੈ, ਅਤੇ ਗੈਸ ਅਸੀਂ ਔਨ ਕਰਤਾ ਹੈ। ਹੁਣ ਪਾਇਆ ਇਹਦੇ ਵਿੱਚ ਅਮੁੱਲ ਬਟਰ 'ਚ ਮੈਦਾ, ਇਹਨੂੰ ਹੁਣ ਅੱਛੀ ਤਰ੍ਹਾਂ ਭੁੰਨ ਲੈਣਾ। ਮੈਦਾ ਭੁੱਜ ਗਿਆ ਜਿਹੜਾ ਅਸੀਂ ਉਹ 'ਚ ਪਾਇਆ ਸੀ ਅਮੁੱਲ ਬਟਰ 'ਚ, ਹੁਣ ਅਸੀਂ ਇਹ 'ਚ ਦੁੱਧ ਪਾਵਾਂਗੇ ਜਿਹੜੀ ਅਸੀਂ ਵਾਈਟ ਸੋਸ ਪਾਸਤੇ ਲਈ ਤਿਆਰ ਕਰੇ ਉਹਦੇ ਵਾਸਤੇ। ਪਤਾ ਕਿ ਜਿਨ ਤੱਕ ਉਹ 'ਚ ਕੋਈ ਗੁਠਲੀ ਨਾ ਬਣੇ, ਅਤੇ ਅਸੀਂ ਇਹਦੇ ਵਿੱਚ ਹੁਣ ਪਾ ਰਹੇ ਮਿਕਸਡ ਹਰਬਲ ਦੇ ਨਾ ਔਰਗੈਨੋ ਹੁੰਦੇ ਨੇ, ਉਹ ਪਾਏ ਅਸੀਂ। ਹੁਣ ਦੇਖੋ ਲੂਣ ਤੱਕ ਲਾਈ ਜਾਣਾ, ਜਿਨ ਤੱਕ ਗਾੜੀ ਨਹੀਂ ਹੁੰਦੀ ਸਾਡੀ ਵਾਈਟ ਸੋਸ ਪਾਸਤੇ ਵਾਸਤੇ। ਵਾਈਟ ਸੋਸ ਤਿਆਰ ਹੋ ਗਿਆ, ਬਿਲਕੁਲ ਇਸੇ ਤਰੀਕੇ ਨਾਲ ਹੋਣਾ ਚਾਹੀਦਾ, ਜਿਵੇਂ ਗਾੜਾ ਵੀ ਹੈ ਪਤਲਾ ਵੀ ਹੈ। ਅਤੇ ਇਹਨੂੰ ਅਸੀਂ ਹੁਣ ਉਤਾਰ ਦਾਂਗੇ, ਅਸੀਂ ਆਲਰੇਡੀ ਗੈਸ ਬੰਦ ਕਰਤੀ ਹੈ। ਜਿਹੜੀ ਗ੍ਰੇਵੀ ਬਣਾਉਣੀ ਹੈ ਜਿਹਦੇ ਵਿੱਚ ਜਿਹੜੇ ਲਈ ਜਿਹੜਾ ਘਿਓ ਪਾਤਾ, ਹੁਣ ਉਹਦੇ 'ਚ ਅਸੀਂ ਹੁਣ ਜੀਰਾ ਪਾਵਾਂਗੇ, ਅਤੇ ਹੁਣ ਅਸੀਂ ਪਿਆਜ਼ ਪਾਤੇ, ਪਿਆਜ਼ ਭੁੰਨ ਲਿਆ। ਹੁਣ ਅਸੀਂ ਗਾਰਲਿਕ ਅਤੇ ਜਿੰਜਰ ਦਾ ਪੇਸਟ ਪਾ ਰਹੇ ਹਾਂ ਇਹਦੇ ਵਿੱਚ। ਪਿਆਜ਼ ਦੇ ਨਾਲ ਹੀ ਅਸੀਂ ਹੁਣ ਪਾਤੇ ਨੇ ਸ਼ਿਮਲਾ ਮਿਰਚ, ਅਤੇ ਜੇ ਤੁਹਾਨੂੰ ਲੱਗਦਾ ਸਾਡੇ ਹੋਰ ਵੀ ਤੁਹਾਨੂੰ ਟੇਸਟ ਲੱਗਦਾ ਸਬਜ਼ੀਆਂ ਦਾ, ਤੁਸੀਂ ਉਹ ਵੀ ਪਾ ਸਕਦੇ ਹੋ ਇਹਦੇ ਵਿੱਚ। ਟਮਾਟਰ ਦੀ ਜਿਹੜੀ ਪਿਊਰੀ ਪਾਈ ਹੋਈ ਹੈ, ਜਿੱਥੇ ਚਾਰ ਪੰਜ ਟਮਾਟਰ ਸੀ ਅਤੇ ਚਾਰ ਪੰਜ ਹਰੀਆਂ ਮਿਰਚਾਂ ਸੀ, ਉਹ ਅਸੀਂ ਹੁਣ ਪਾਤਾ। ਹੁਣ ਅਸੀਂ ਅੱਛੀ ਤਰ੍ਹਾਂ ਮਸਾਲਾ ਭੁੰਨਾਂਗੇ, ਅਤੇ ਸੁੱਕੇ ਮਸਾਲੇ ਪਾ ਰਹੇ ਹਾਂ, ਨਮਕ ਪਾਇਆ ਪਹਿਲਾਂ ਅਤੇ ਸਵਾਦ ਅਨੁਸਾਰ ਜਿਵੇਂ ਤੁਹਾਨੂੰ ਅੱਛਾ ਲੱਗਦਾ। ਦੈਨ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਪੂਰਾ, ਅਤੇ ਫਿਰ ਅਸੀਂ ਕਾਲੀ ਮਿਰਚ ਪਾਵਾਂਗੇ ਥੋੜ੍ਹੀ, ਕਿਉਂਕਿ ਬੱਚਿਆਂ ਨੇ ਖਾਣਾ ਹੁੰਦਾ ਸਕੇ ਜ਼ਿਆਦਾ, ਅਸੀਂ ਇਹਨੂੰ ਸਪਾਈਸੀ ਨਹੀਂ ਕਰਨਾ, ਤੁਸੀਂ ਕਰ ਸਕਦੇ ਹੋ ਥੋੜ੍ਹੀ ਜਿਹੀ ਟੇਕੀ ਮਿਰਚ ਕਲਰ ਵਾਸਤੇ। ਦੇਖੋ ਗ੍ਰੇਵੀ ਦਾ ਜਿਹੜਾ ਮਸਾਲਾ ਤਿਆਰ ਹੋ ਗਿਆ, ਹੁਣ ਇਹ 'ਚ ਪਾਸਤਾ ਪਾਵਾਂਗੇ ਜਿਹੜਾ ਬੋਇਲ ਕੀਤਾ ਹੋਇਆ ਸੀ ਅਸੀਂ। ਸਾਡਾ ਪਾਸਤਾ ਤਿਆਰ ਹੋ ਰਿਹਾ ਹੈ, ਇਹਦੇ 'ਚ ਇੱਕ ਟਵਿਸਟ ਅਸੀਂ ਹੋਰ ਦੱਸਣ ਲੱਗੇ, ਜਿਹੜਾ ਤੁਸੀਂ ਦੇਖੋਗੇ ਜਿਹੜੇ ਚੀਜ਼ ਸਲਾਈਸ ਪਾਤੇ ਉੱਤੇ, ਹੁਣ ਇਹਦੇ ਨਾਲ ਜਿਹੜਾ ਟੇਸਟ ਬਣਨਾ ਹੈ ਬਹੁਤ ਹੀ ਅੱਛਾ ਟੇਸਟ ਬਣੇਗਾ। ਇਸ ਨੂੰ ਸਿਮ ਕਰਕੇ ਇਹਨੂੰ ਸਾਰਾ ਅੱਛੀ ਤਰ੍ਹਾਂ ਮੈਲਟ ਕਰਨਾ, ਔਰ ਇਹਦਾ ਜਿਹੜਾ ਚੀਜ਼ ਸਲਾਈਸ ਦਾ ਟੇਸਟ ਹੋਏਗਾ ਨਾ ਬਹੁਤ ਅੱਛਾ ਹੋਏਗਾ, ਬੱਚੇ ਇੰਜਨ ਨੂੰ ਖਾਣਗੇ ਜਿਵੇਂ ਚਾਹੇ ਉਂਗਲੀਆਂ ਖਾ ਜਾਣ ਨਾਲ, ਠੀਕ ਹੈ। ਅਤੇ ਇਹ ਸਾਡਾ ਬਣ ਗਿਆ ਜੀ ਪਾਸਤਾ, ਐਂਡ ਮਜ਼ੇਦਾਰ ਡਿਲੀਸ਼ੀਅਸ। ਥੈਂਕ ਯੂ।